सफाई बाद भी 5 मिनट रुक के आ जूगी। सफाई दी कीड़ी गल आ, चल जाओ हुण पैर छापते ते सारे मैनू दोबारा पोचा लाउणा पैणा। कित्थे जा रहा है जिहड़ा टोक दित्ता मैनू विचों, ओह दसदा की करां हुण? जे जाणा नहीं ते इत्थे की करन खलोगे जाण के? मैं बचका चलिया हां, टोकिया किने आ ते जाओ। की टोकदा तुहानूं मैं? काम कोई गल हुंदा बंदा टोक देता राज तुहानूं। हुण मैं ज्यादा नहीं टोकन लगती ते होर पहले ते इन्ना सारा टोकिया नहीं ओदा ते कहंदे हुंदे उहो आ बड़ी वधिया गल है शम्मी। मैं जान लगा ही काम तू मथे लग गई अजकल तो मैं टोकन लगती। नवे पुराने जी फर्क हुंदा वा, ओ पर नवे ओ तो दी गल ही बड़ी पुरानी, तू ओदा दी समझदी अपने आप नु। ते मेरी गल ए भी सुन लो, नवा 9 दिन ते पुराना 100 दिन। जेड़ा 9 दिन है ना ओ ज्यादा वधिया वा, ठीक है ना? 100 दिन वाले छड्ड भरा मेनू, कोई चार नहीं 100 दिन वाले दा। कोई गल नहीं, लथ जूगा छेती चा। अच्छा मेरा नहीं चाल लथ जेड़ी पुरानी है ना वधिया हुंदी है। अच्छा खराब भी होए दिया पुरानी छड वाइपर कोई लोड जिथे काम करन दी। ले तू विच जदा सरपंच नहीं बणी है आप तू करना नहीं, दूजे नु करन नहीं देना तू। अच्छा जो करन नहीं देते तो तुही केड़ा करन देंदे ने? जो चंगा भला पोचा मारदी इन्ना ही तन लगे तो नौकरानी लवा दो, पहला भी तो लगी ही। नौकरानी दी की लोड सद्दी ते हैगी आ। अच्छा ए काम करन दी नहीं तुही ते सद्दी? हां ए मेरी भैण आ, चाहे ਤੁਹਾਡੇ ਨਾਲ ਰਿਸ਼ਤਾ ਰਵੇ ਭਾਵੇਂ ਨਾ ਰਵੇ ਪਰ ਮੇਰੇ ਨਾਲ ਇਹਦਾ ਰਿਸ਼ਤਾ ਹੈਗਾ ਵਾ। ਇਹ ਜਿੰਨੇ ਦਿਨ ਵੀ ਰਹੋਗੇ ਨਾ ਮੇਰੀ ਭੈਣ ਬਣ ਕੇ ਰਹੋਗੀ। ਰਵੇ ਮੈਂ ਬੈਣ ਵਾ ਜਿਹੜਾ ਸੱਦੀ ਕਿਤੇ ਪਰਾਂ ਬਹਿ ਕੇ ਕੰਮ ਕਰੇ ਆਪਦਾ। ਕੋਈ ਲੋੜ ਨਹੀਂ ਤੇਰੇ ਤੋਂ ਕੰਮ ਕੁੰਮ ਕਰਨ ਦੀ। ਆਹੋ ਇਹਨੂੰ ਸਮਝਾ ਤੇ ਕਿਦਾਂ ਮੈਂ ਤਾਂ ਲੋੜ ਦੀ ਕੰਮ ਕਰਦੀ। ਤੁਹਾਨੂੰ ਲੜ ਕੀ ਜਾਂਦਾ ਵਾ, ਅੱਜ ਚੰਗੇ ਭਲੇ ਮੇਰੇ ਨਾਲ ਗੱਲ ਕਰਦੇ ਪਏ ਹੋ ਕੱਲ ਪਰਸੋਂ, ਅੱਜ ਤੁਹਾਨੂੰ ਕੀ ਲੜ ਗਿਆ? ਤੁਹਾਨੂੰ ਪੰਪ ਦਿੰਦੀ ਹੈ ਨਾ ਅੰਦਰ ਵੜ ਵੜ ਕੇ ਉਹ ਤੇ ਸਮਝਾਉਂਦੀ ਮੈਨੂੰ ਆ, ਆਖੇ ਉਹਨੂੰ ਪੰਪ ਨਾ ਨਵੀਂ ਰਹਿਣਾ ਨਾ ਇਸ ਘਰ 'ਚ ਤੇ ਚੰਗੀ ਤਰ੍ਹਾਂ ਰਵੀ। ਹੁਣ ਤੁਹਾਨੂੰ ਕੀ ਲੜ ਗਿਆ? ਮੈਂ ਨਹੀਂ ਪੰਪ ਦੇਣ ਵਾਲਾ, ਠੀਕ ਹੈ ਨਾ? ਤੂੰ ਇਹਦੇ ਪੰਪਾਂ 'ਚ ਆਈ ਆ, ਆਪਣਾ ਆਪ ਵੇਖ ਬਿਲਾ। ਤੇ ਮੈਂ ਘਰ ਦਾ ਕੰਮ ਹੀ ਕਰਨ ਲਈ, ਮੈਂ ਕੁਝ ਗਲਤ ਨਹੀਂ ਕਰਨ ਲਈ। ਤੇ ਘਰ ਮੈਂ ਕਦੋਂ ਮਨਾ ਕੀਤਾ? 2 ਮਿੰਟ ਰੁਕ ਜਾ ਲੰਘ ਲੈਂਦੇ ਕਿ ਉਹ ਟੋਕੀ ਜੰਨੀ ਵਿੱਚ। ਤੁਸੀਂ ਤੇ ਐਂ ਬੋਲਣ ਦੇ ਜਿਵੇਂ ਭਲਾ ਨਹੀਂ ਤੁਹਾਡਾ ਕਿੰਨਾ ਕਪਾਲਾ ਹਾਈ ਕੀਤਾ ਕਿਸੇ ਨੇ। ਤੁਹਾਨੂੰ ਕੋਈ ਲੋੜ ਨਹੀਂ ਇੱਥੇ ਕਮਰੇ 'ਚ ਸਫਾਈ ਕਰਨ ਦੀ, ਆਪਣੇ ਕਮਰੇ 'ਚ ਸਫਾਈ ਕਰੋ ਤੂੰ ਉੱਥੇ ਪਿਆ ਕਰੋ, ਕੋਈ ਲੋੜ ਨਹੀਂ ਇਸ ਸਫਾਈ ਕਰਨ ਦੀ। बंदा काम ते चलिया तेनू पता वे, तू टोकिया कानू माड़े जे पैर ही लगे सी दोबारा उत्थे फेर लैंदी, कुछ हो जाए ना सी। तेनू पता जरूरी काम भी जांदे ने ओदां दे घरों निकलदे नहीं किते। ਮੈਨੂੰ ਬਸ ਇਹੋ ਕੰਮ ਰਹਿ ਗਿਆ, ਕਦੀ ਪੋਚੇ ਤੋਂ ਤੁਸੀਂ ਲੰਘ ਜਾਂਦੇ ਹੋ ਤੇ ਕਦੀ ਉਹ ਲੰਘ ਜਾਂਦੇ ਆ, ਕਦੀ ਮੰਮੀ ਜੀ ਲੰਘ ਜਾਂਦੇ ਆ, ਮੈਂ ਸਾਰਾ ਦਿਨ ਇੱਥੇ ਪੋਚਾ ਹੀ ਲਾਉਂਦੀ ਰਿਹਾ ਕਰਾਂ। ਇਹਨੇ ਲਾਉਣਾ ਵੀ ਉਦੋਂ ਦਾ ਪੋਚਾ ਜਦੋਂ ਤੁਸੀਂ ਲੰਘਦੇ ਆ। ਚਲੋ ਤੁਸੀਂ ਆਪਣਾ ਮੂਡ ਖਰਾਬ ਨਾ ਕਰੋ, ਦੇਖ ਸ਼ੰਮੀ ਮੈਂ ਤੇ ਨਾਲ ਲੜ ਕੇ ਨਹੀਂ ਤੈਨੂੰ ਕੁਝ ਕਹਿਣ ਨਹੀਂ, ਮੈਂ ਵੀ ਤੈਨੂੰ ਬੜੇ ਪਿਆਰ ਨਾਲ ਕਹਿਣ ਨਹੀਂ ਕਿ ਤੈਨੂੰ ਪਤਾ ਵੈ ਕਿ ਬੰਦੇ ਨੇ ਕੰਮ ਤੇ ਜਾਣਾ ਵੈ ਤੇ ਦੋ ਕਦੀ ਰੁਕ ਜਾਂਦੀ, ਅਸੀਂ ਕਿਹੜਾ ਕੁੜੀਆਂ ਫਿਰਦੀਆਂ ਸੀ ਉੱਪਰ ਉੱਪਰ ਤੇ ਨਾਲ ਗੱਲ ਰਹੀ ਸੀ ਮੇਰਾ ਤੇਰੀ, ਹਰ ਗੱਲੇ ਮੀਆਂ ਬੀਬੀ ਦੇ ਮਾਮਲੇ 'ਚ ਤੂੰ ਵੀ ਨਾ ਆਇਆ ਕਰ। ਆਉਣਾ ਨਹੀਂ शुरू तो मेरे नाल जम्मी पली सारा कुछ निकली है फिर आई है मैं इन्हों की जिंदगी चाहिए, सब ऐसी बदौलत है कि जिन्हें तेन मैंने दें रही घर जिन्हें माहौल खराब किया। अच्छा दादी मां एनू पंप दें जे तेरे घरे बच्चा नहीं ना होंदा ते तू दूजा व्याह करा ला, तू ना एदी सौंकन ले आके ते घर च खड़ी कर दे। व्याह तो पहले सौंकन नहीं की मैं तेरी? हां की दवां? हां सौंकन नहीं कहना तू मेनू? की ना दवां? की ना दवां?
ਆਪੇ ਕਹਿੰਦੀ ਨਾ ਮੇਰਾ ਉਹਦੇ ਨਾਲ ਰਿਸ਼ਤਾ ਵਾ ਮੈਂ ਇਸ ਘਰ ਚ ਰਹਿਣਾ ਤੇ ਫਿਰ ਕੀ ਨਾਂ ਦਵਾਂ ਤੈਨੂੰ ਮੈਂ ਉਹਨਾਂ ਦੀ ਵਾਈਫ ਹਾਂ ਉਹਨਾਂ ਦੀ ਜਿਵੇਂ ਤੂੰ ਹੈ ਨਾ ਤਲਾਕ ਨਹੀਂ ਦੇ ਰਹੀ ਤੇ ਮੈਂ ਵੀ ਵਾਈਫ ਹਾਂ ਮੈਂ ਦੇਣਾ ਨਹੀਂ ਤਲਾਕ ਹਾਂ ਤੇ ਨਾ ਦੇਣਾ ਹੀ ਨਹੀਂ ਨਾ ਦੇ ਲਾਲਾ ਜਿੱਥੇ ਜ਼ੋਰ ਲੱਗਦਾ ਤੇਰਾ ਮੈਂ ਜ਼ੋਰ ਲਾ ਕੇ ਹੀ ਕਰਨਾ ਤੂੰ ਆਪਣਾ ਵੇਖ ਲੈ ਤੇਰਾ ਹਾਲ ਕੀ ਹੋਣ ਦੇ ਤਾਂ ਅੱਗੋਂ ਹਾਲ ਮਾੜਾ ਹੋਣਾ ਹੀ ਉਹ ਜਾ ਕੰਮ ਕਰ ਜਾ ਕੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਇੱਥੇ ਮੈਂ ਕੰਮ ਕਰਦੀ ਆ ਆਪਣੀ ਮਰਜ਼ੀ ਨਾਲ ਕਰਦੀ ਆ ਤੇਰੀ ਕੋਈ ਤਾਕਤ ਨਹੀਂ ਹੈਗੀ ਤੇ ਨਾ ਇਹਨਾਂ ਦੀ ਕਿ ਮੇਰੇ ਕੋ ਕੋਈ ਘਰ ਦਾ ਕੰਮ ਕਰਾ ਲੈਣ ਕਹਿੰਦੇ ਆ ਨਾ ਮੱਝ ਵੀ ਬਹਿੰਦੀ ਆ ਨਾ ਸੌ ਵਾਰੀ ਪੂਛ ਮਾਰ ਕੇ ਬਹਿੰਦੀ ਆ ਤਾਂ ਤੇ ਉਹ ਵੀ ਨਹੀਂ ਸ਼ਰਮ ਹੁੰਦੀ ਕਿ ਕਿਹਦਾ ਸਾਫ਼ ਸਫਾਈ ਕਰ ਲਈਏ ਜਿਹੜੇ ਘਰ ਚ ਰਹਿਣਾ ਵਾ ਰਸੋਈ ਚ ਉਦਾਂ ਹੀ ਗੰਦ ਪਿਆ ਹੁੰਦਾ ਵਾ ਤੇ ਤੂੰ ਉਹਦੇ ਮੋਟਰਸਾਈਕਲ ਦੇ ਮੋਢੇ ਤੇ ਹੱਥ ਰੱਖ ਕੇ ਮਗਰ ਬੈਠੀ ਹੁੰਨੀ ਆ ਇਹ ਜਵਾਬ ਹੁਣ ਦਿੰਦੀ ਕਿਹੜੀ ਉਹਨੂੰ ਪਹਿਲਾਂ ਹੀ ਆ ਤੈਨੂੰ ਕਹਿੰਦੀ ਕੰਮ ਦੀ ਕਿਹੜੀ ਗੱਲ ਹੈ ਤੂੰ ਨਹੀਂ ਕਰੇਂ ਤੇ ਨਾ ਸੀ ਕਿ ਕੰਮ ਲਈ ਨੂੰ ਲਾ ਲਾਂਗੇ ਗੱਲਾਂ ਕਰਦੀਆਂ ਚਾਰ ਸੁਣਾਉਣ ਨਹੀਂ ਆ ਆਪਣੀ ਮਰਜ਼ੀ ਨਾਲ ਆਈ ਆਪਣੀ ਮਰਜ਼ੀ ਨਾਲ ਸਾਰੇ ਤੇ ਫੈਸਲੇ ਲਿੱਤੇ ਅੱਜ ਗੱਲਾਂ ਕਰਨ ਨਹੀਂ ਆ ਬੜੀ ਤੂੰ ਮੈਂ ਕਿਹਾ ਵੱਡੇ ਡਾਕਟਰ ਦੀ ਕੰਪਾਊਂਡਰ ਬਣੀ ਹੈ ਨਾ ਤੂੰ ਕੰਮ ਵਾਲੀ ਲਾ ਲੇਂਗੀ ਇਹ ਵੇਖ ਕਿ ਇਸ ਘਰ ਤੇ ਜੇ ਤੇ ਤੇਰਾ ਵਿਆਹ ਹੋ ਗਿਆ ਫਿਰ ਤੇ ਸਹੀ ਆ ਤੇ ਜੇ ਨਾ ਹੋਇਆ ਮਗਰ ਔਕਾਤ ਕੀ ਰਹਿ ਜਾਂਦੀ ਤੇਰੀ ਜੇ ਨਾ ਹੋਇਆ ਪਲੈਨਿੰਗ ਪੂਰੀ ਤਿਆਰ ਹੈਗੀ ਹੈ ਰਿਸ਼ਤਾ ਨਾ ਹੋ ਵੇਖ ਲੈਣਾ ਰੋਜ਼ ਪਵੇ ਪਲੈਨਿੰਗ ਨਹੀਂ ਚੱਲਣੀ ਇਹਨਾਂ ਦੀ ਜਦੋਂ ਮੰਮੀ ਕਿਤੇ ਬਹਿ ਜਾਣ ਸੋ ਜਾਣ ਕਿਤੇ ਚੱਲ ਜਾਣ ਪੱਤਣਾ ਆ ਪਾਉਣ ਤੇ ਸਾਰਾ ਭਾਂਡਾ ਮੇਰੇ ਤਰ੍ਹਾਂ ਫੋੜਨ ਇਹ ਕਦੀ ਹੋ ਸਕਦਾ ਵੇਖਦੇ ਹੋ ਨਾ ਕੀ ਤੇਰੇ ਤੇ ਪਤਾ ਨਹੀਂ ਕਦੋਂ ਫੋੜਨਾ ਮੇਰੇ ਤੇ ਤਾਂ ਹੁਣੇ ਫੋੜਦਾ ਵੇ ਕੰਮ ਤੁਸੀਂ ਏਦਾਂ ਕਰੋ 2 ਮਿੰਟ ਬੈਠੋ ਮੈਂ ਤੁਹਾਨੂੰ ਗਲਾਸ ਪਾਣੀ ਦਾ ਦੇਣੀ ਆ ਫੇਰ ਵਾਈਫ ਦਾ ਨਾਲ ਲੈ ਕੰਮ ਕਰੇ ਇਹਨਾਂ ਨੇ ਤੁਹਾਡੇ ਕੰਮ ਦੇ ਉਹਨੂੰ ਹੋਰ ਕੀ ਪਿੱਛੋਂ ਆਵਾਜ਼ ਮਾਰਤੀ ਪੂਰਾ ਕਹਿਣ ਬੜਾ ਇੱਕ ਬਾਤ ਪਿੱਛੋਂ ਆਵਾਜ਼ ਮਾਰਤੀ ਚੱਲੇ ਹੀ ਟੋਕਰਾ ਲੈ ਕੇ ਸਗਨ ਦਾ ਜੇ ਉਹ ਮਤ ਪਹਿਲਾਂ ਵਿਖਾ ਦੇ ਨਾ ਅਜੇ ਇਥੋਂ ਤੱਕ ਨਹੀਂ ਗੱਲ ਹੋਣੀ ਕੋਈ ਨਾ ਸ਼ਗਨਾ ਦੇ ਟੋਕਰੇ ਵੀ ਆ ਜਾਣਗੇ ਪਤਾ ਨਹੀਂ ਕਿੱਥੇ ਗਈ ਤੇ 2 ਘੰਟੇ ਬਾਅਦ ਆਈ ਅੱਜ ਸੋਈ ਦਾ ਸਾਰਾ ਕੰਮ ਕਰਨ ਵਾਲਾ ਵਿੱਚੇ ਛੱਡ ਗਈ ਗਈ ਹੋਣੀ ਆਪਣੇ ਆਸ਼ਕ ਨਾਲ ਗੱਲਾਂ ਮਾਰਦੇ ਜਿੱਦਾਂ ਹੋਰ ਦੀ ਕੋਸ਼ਿਸ਼ ਤੇ ਚੜ ਜਾਂਦੀ ਹੈ ਜੇ ਇਹੋ ਹੀ ਮਤ ਪਹਿਲਾਂ ਹੋਊਗੀ ਨਾ ਤੇ ਅੱਜ ਤੱਕ ਗੱਲ ਹੀ ਨਹੀਂ ਪਹੁੰਚ ਰਹੀ ਅੱਜ ਮੇਰੇ ਗੱਲ ਕਿਹੜੀ ਬੋਲੇ ਕਿਉਂਕਿ ਮੈਨੂੰ ਪਤਾ ਹੈ ਕਿ ਤੂੰ ਬੋਲਣ ਨਹੀਂ ਇੱਦਾਂ ਹੀ ਬਸ ਇਹਨਾਂ ਕੀ ਕਹਿੰਦੇ ਨੇ ਜੰਗ ਦੇ ਮੈਦਾਨ ਵਿੱਚ ਵੀ ਜਿੱਤ ਕਰਾਉਣੀ ਹਾਰਨਾ ਨਹੀਂ ਇੱਕ ਜੇ ਇੱਕ ਸੁਣੋਗੀ ਨਾ ਚਾਰ ਸੁਣਾ ਜੇ ਸ਼ੇਰ ਨਹੀਂ ਬਾਂਧੀ ਤਾਂ ਤੂੰ ਸਵਾ ਸ਼ੇਰ ਬਣ ਦੇ ਗਾੜੀ ਫਿਕਰ ਹੀ ਨਾ ਕਰ ਮੇਰੇ ਨਾਲ ਮੇਰੀ ਭੈਣ ਹੈ ਸ਼ੇਰਾਂ ਵਰਗੀ ਉਹਨੇ ਮੈਨੂੰ ਵੀ ਸ਼ੇਰ ਨਹੀਂ ਬਣਾਤਾ ਹੌਲੀ ਹੌਲੀ ਸਿਮਰਤ ਮੈਂ ਬਸ ਤਾਂ ਚੁੱਪ ਕੀਤੀ ਆ ਕਿ ਚੱਲ ਘਰ ਚ ਕਲੇਸ਼ ਚੰਗਾ ਨਹੀਂ ਆ ਜੇ ਤੂੰ ਕਵੇਂ ਨਾ ਇਹਦੀ ਦੌੜ ਤਾਂ ਮਿੰਟ ਚ ਲਵਾ ਦਾਂ ਮੈਂ ਵੜ ਜਾਂਦੀ ਅੰਦਰ ਆ ਜਾ ਚੋ ਚੁਗਲੀਆਂ ਆ ਜਾ ਜੁੱਤੀ ਝਾੜਨੀ ਪੈਣੀ ਆ ਪਰ ਕਿੰਨਾ ਦੇ ਮੂੰਹ ਲੱਗ ਜਾਂਦਾ ਤੁਹਾਡਾ ਫਿਰ ਸਰੀ ਨਜ਼ਰ ਵੀ ਲੱਗ ਜਾਂਦੀ ਚਲੋ ਜਾਓ ਧਿਆਨ ਨਾਲ ਆਉਂਦੇ ਤੁਸੀਂ ਬੋਲਣ ਦੇ ਨਾਲ ਅਹੀਂ ਜੁੱਤੀਆਂ ਝਾੜ ਕੇ ਬਾਹਰ ਜਾਈਏ ਕਿਤੇ ਇਹੋ ਜੁੱਤੀਆਂ ਬਾਹਰੋਂ ਨਾ ਕਿਤੇ ਖਾ ਕੇ ਆ ਜੀ ਘਰੇ ਦੱਸ ਮੈਂ ਮਰ ਜਾ ਇਹਨਾਂ ਦਾ ਸਿਆਪਾ ਹੀ ਹੋ ਜੇ ਇਹ ਕੰਜਰਖਾਨਾ ਪਾ ਹੀ ਛੱਡਦੇ ਕੋਈ ਨਾ ਕੋਈ ਇਹਨਾਂ ਨੂੰ ਕੋਈ ਸਮਝ ਨਹੀਂ ਉਹਦਨਾਂ ਦੀ ਮੈਨੂੰ ਨਾ ਥੋੜ੍ਹੀ ਜਿਹੀ ਨੁੱਕਰ ਵਿੱਚ ਥਾਂ ਦੇ ਦਿਓ ਮੈਂ ਉੱਥੇ ਬਹਿ ਜਾਂਗੀ ਮੈਂ ਕੁਛ ਨਹੀਂ ਕਰਾਂਗੀ ਮੈਨੂੰ ਉੱਥੇ ਰਹਿਣ ਦਿਓ ਹੁਣ ਹੁਣ ਇਹ ਕੰਜਰਾਂ ਵਾਂਗੂ ਉਹਦੇ ਨਾਲ ਆਡਾ ਲੈਂਦੀ ਹੋ ਹੈ ਜੇ ਉਹ ਲੀਰ ਫੇਰਨ ਦੀ ਮੁੰਡਾ ਨਾ ਗਿਆ ਉਹ ਮੈਨੂੰ 36 ਗੱਲਾਂ ਸੁਣਾ ਦਿੰਦੀਆਂ ਇਹਦੇ ਹੱਥ ਟੁੱਟ ਗਏ ਇਹ ਫੇਰ ਨਹੀਂ ਮਾਰ ਸਕਦੀ ਲੀਰ ਕਿੱਡੀ ਅਥਰੀ ਹੋਈ ਹੈ ਇਹ ਮੰਮੀ ਜੀ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਡੈ ਪੈਂਦੇ ਤੇ ਰੋਲਾ ਪਾਉਣਾ ਤੁਹਾਡੇ ਸਾਹਮਣੇ ਇੰਨੀ ਲੜਾਈ ਹੋਈ ਆ ਤੁਸੀਂ ਇੱਕ ਵਾਰ ਨਹੀਂ ਆਣ ਕੇ ਬੋਲੇ ਵੀ ਆ ਪੁੱਤ ਤੁਸੀਂ ਕੀ ਕਰਨ ਡਏ ਜੇ ਨਾ ਤੁਸੀਂ ਰਣਜੀਤ ਨੂੰ ਰੋਕਦੇ ਜੇ ਅੱਜ ਕੱਲ੍ਹ ਤੇ ਨਾ ਆ ਜਿਹੜੀ ਨਵੀਂ ਆਈ ਆ ਨਾ ਇਹਦੀ ਜ਼ਬਾਨ ਬੰਦ ਕਰਾਉਣ ਡਏ ਜੇ ਮੇਰੀ ਗੱਲ ਸੁਣੋ ਏਦਾਂ ਕਿੱਦਾਂ ਨਿਭਾ ਹੋ ਜੂਗਾ ਮੇਰਾ ਇਹਨਾਂ ਨਾਲ ਨਹੀਂ ਮੇਰਾ ਕੀ ਕੀ ਗਲਤ ਵੇਖਿਆ ਜੇ ਮੈਂ ਲੀਰੇ ਮਾਰਨ ਡਈ ਸੀ ਨਾ ਸਫਾਈ ਕਰਨ ਡਈ ਘਰ ਦੀ ਸਵੇਰ ਦਾ ਮੈਂ ਰਸੋਈ ਦਾ ਕਰਨ ਡਈ ਆਪ ਇਹਨੂੰ ਮੈਂ ਕਿਹਾ ਸੀ ਕਿ ਸਵੇਰੇ ਸਬਜ਼ੀ ਬਣਾ ਦੇ ਤੇ ਆਟਾ ਗੁੰਨ ਦੇ ਆਟਾ ਵਿੱਚੇ ਪਰਾਤ ਦੇ 2 ਮੁੱਕੀਆਂ ਦਿੱਤੀਆਂ ਪਤਾ ਨਹੀਂ ਕਿਹਦਾ ਇਹਨੂੰ ਫੋਨ ਆਇਆ ਕਿਹਦਾ ਨਹੀਂ ਉਸੇ ਵੇਲੇ ਸਾਰਾ ਕੁਝ ਛੱਡ ਕੇ ਚੱਲ ਗਈ ਆ ਵਿੱਚੇ ਮੈਂ ਤੇ ਹੁਣ ਆਈ ਉਦੋਂ ਦੀ ਗਈ ਤੇ ਮੈਂ ਕੀ ਮਾੜਾ ਕਰਨ ਨਹੀਂ ਘਰ ਦਾ ਕੰਮ ਕਰਨ ਨਹੀਂ ਹੈ ਨਾ ਮੇਰੀ ਸੁਣ ਲੈ ਗੱਲ ਮੈਂ ਨਾ ਸਾਰਾ ਕੁਝ ਵੇਖ ਲਿਆ ਇੱਥੇ ਬੈਠੀ ਮੈਂ ਉਹ ਕੁਝ ਵੇਖਣ ਨਹੀਂ ਜੋ ਤੁਸੀਂ ਕੁੱਕੜਾਂ ਵਾਂਗੂ ਲੜਨ ਡਈ ਆ ਜੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਉਧਰ ਕੀ ਆ ਨਹੀਂ ਆਈ ਹੈ ਪੇਕਿਆ ਤੋਂ ਤੇ ਮੈਨੂੰ ਨਾ ਰਾਣੇ ਇੱਥੇ ਬਹਿਣ ਜੋਗੀ ਥਾਂ ਦੇ ਦਿਓ ਮੈਨੂੰ ਨੁੱਕਰ 'ਚ ਕਿਸੇ ਥਾਂ ਦੇ ਦਿਓ ਮੈਨੂੰ ਇੱਥੇ ਰਹਿਣ ਦਿਓ ਮੈਨੂੰ ਕੱਢਿਓ ਨਾ ਮੈਨੂੰ ਜਾਣ ਨਾ ਦਿਓ ਤਾਂ ਤੂੰ ਲੜਨ ਕਿ ਤਰ੍ਹਾਂ ਦਾ ਜੇ ਉਹ ਮੁੰਡਾ ਲੰਘ ਗਿਆ ਤੇਰੇ ਪੋਚੇ ਦੇ ਉੱਤੋਂ ਦੀ ਮੇਰੀ ਗੱਲ ਹੀ ਨੀ ਕੋਈ ਸੁਣਦੇ ਅੱਜ ਕੱਲ ਨਾ ਹੀ ਅੰਜੂ ਦਾ ਕੀ ਮਤਲਬ ਹੈ ਮੈਨੂੰ ਹੁਣੇ ਬੋਲਣ ਦਾ ਮੇਰੀ ਸੁਣੋ ਗੱਲ ਜੇ ਹੁਣ ਤੁਸੀਂ 1 ਤੋਂ 2 ਹੋਏਗੀਆਂ ਇਕੱਠੀਆਂ ਹੋਏਗੀਆਂ ਜੇ 3 ਜਣੀਆਂ ਘੱਟੋ ਘੱਟ ਗੱਲ ਕੇ ਕਰੋ ਉਦੋਂ ਤੇਰੇ ਲਫ਼ਜ਼ ਸੀ ਨਾ ਮੈਨੂੰ ਇੱਥੇ ਰਹਿਣ ਦਿਓ ਮੈਂ ਕਿਸੇ ਨੂੰ ਕੁਛ ਨਹੀਂ ਆਂਦੀ ਤੇ ਫਿਰ ਤੂੰ ਕਿਉਂ ਲੜਦੀ ਐ ਕਿਉਂ ਤੂੰ ਆਡਾ ਲੈਣੀ ਐ ਦੱਸ ਮੈਨੂੰ ਹੈ ਮੇਰਾ ਤਾਂ ਤੂੰ ਸਿਰ ਖਾਣਾ ਕੀਤਾ ਹੈ
ਤੈਨੂੰ ਮਾਸਾ ਸਮਝ ਨਹੀਂ ਆਈ ਕਿ ਮੈਂ ਚੁੱਪ ਕਰਕੇ ਰਵਾਂ? ਇਹਦਾ ਮਤਲਬ ਕਿ ਸਾਰਾ ਕਸੂਰ ਮੇਰਾ ਹੀ ਹੈ। ਤੂੰ ਹੋਰ ਤੂੰ ਜਾਣ ਜਾਣ ਕੇ ਚੁੱਚੜੀਆਂ ਖੇਡਦੀ ਐ। ਅੱਛਾ ਅੱਛਾ ਜੀ, ਬੜੀ ਸੋਹਣੀ ਗੱਲ ਆ ਮੰਮੀ। ਮੈਂ ਸੋਚਿਆ ਕਿ ਤੁਸੀਂ ਥੋੜਾ ਬਹੁਤਾ ਸੁਧਰੇ ਹੋਣੇ ਆ, ਪਰ ਤੁਸੀਂ ਤੁਸੀਂ ਅੱਗੇ ਨਾਲੋਂ ਵੀ ਵਿਗੜ ਗਏ। ਜਿੱਥੇ ਨਾ ਮੈਂ ਤੁਹਾਨੂੰ ਸੁਧਰਾਂ ਦਊਗਾ ਤਾਂ ਸੁਧਰੋਗੇ? ਤੁਸੀਂ ਤਾਂ ਕੁੱਕੜਾ ਹੋਗੇ ਇੱਥੇ ਲੜਨ ਡਈਆਂ ਜੇ ਕੀ ਸੁਧਰਾਂ ਤੱਕ ਮੈਂ ਇਹਦਾ ਮਤਲਬ ਇਹ ਕਿ ਕਰਤੂਤਾਂ ਦੇ ਖੰਡੇ ਮੇਰੇ ਕਰਕੇ ਲੜਾਈ ਹੁੰਦੀ ਆ? ਤੂੰ ਮੇਰੇ ਕਰਕੇ ਹੁੰਦੀ ਆ? ਅੱਛਾ ਤੂੰ ਹੀ ਵਿੱਚ ਲੱਤ ਲਾਉਂਦੀ ਆ। ਤੂੰ ਨਾ ਕੀ ਲੱਤ ਲੜਾਉਂਦੀ ਮੈਂ, ਜਿੱਦਾਂ ਉਹ ਬੜ ਬੱਤਰ ਕੇ ਤੇ ਸੋਫੇ ਤੇ ਬਹਿ ਜਾਂਦੀ ਆ, ਜਾਂ ਆਪਣਾ ਪੂੰਝਾ ਜਿਹਾ ਲਿਸ਼ਕਾ ਕੇ ਰੰਗ ਵਾਲਾ ਤੇ ਤੁਰ ਪੈਂਦੀ ਆ ਸੜਕ ਨੂੰ। ਮੈਂ ਵੀ ਤੁਰ ਪੈਂਦੀ ਫਿਰ ਤਿਆਰ ਸ਼ਿਆਰ ਹੋ ਕੇ। ਮੈਂ ਘਰ ਦੇ ਕੰਮ ਕਰਦੀ ਆ, ਸਾਰਿਆਂ ਦਾ ਖਿਆਲ ਰੱਖਦੀ ਆ, ਸਭ ਨੂੰ ਮੈਂ ਰੋਟੀ ਪਾਣੀ ਬਣਾ ਬਣਾ ਦੇਣ ਦੀ, ਮੇਰਾ ਆਹ ਕਸੂਰ ਆ। ਮੇਰੀ ਸੁਣ ਗੱਲ, ਜੇ ਸੋਕਸ ਕਰਨਾ ਹੀ ਨਾ ਰਹਿਣਾ ਹੀ ਤਾਂ ਰਹਿ, ਨਹੀਂ ਰਹਿਣਾ ਚੱਲਦਾ ਪੇਕੇ। ਤੈਨੂੰ ਅਸੀਂ ਲੈਣੀ ਗਏ, ਤੂੰ ਆਪੇ ਆਈ, ਆਪੇ ਆ ਕੇ ਮੈਨੂੰ ਰਹਿਣ ਦਿਓ ਇੱਥੇ, ਅਸੀਂ ਤੈਨੂੰ ਰਹਿਣ ਦਾ। ਤੇ ਹੁਣ ਤੁਸੀਂ ਰਲ ਕੇ ਤੇ ਰਹੋ ਘੱਟੋ ਘੱਟ। ਕਿਉਂ ਮੇਰਾ ਸਿਰ ਖਾਣਾ ਲਾਇਆ ਜੇ? ਰਲੋ ਮੰਮੀ ਇੱਕ ਧਿਆਨ ਨਾਲ ਹੱਸਣਾ ਦੇ। ਹੁਣ ਤੂੰ ਕਿਹੜਾ ਧਿਆਨ ਨਾਲ ਰਹਿਣ ਵਾਸਤੇ ਮੈਂ ਇੰਨੀ ਗੱਲ ਤੁਹਾਨੂੰ ਦੱਸਦਾ ਕਿ ਮੈਂ ਇੱਥੇ ਹੀ ਰਹਿਣਾ ਜੇ। ਜੇ ਤੁਸੀਂ ਚਾਹੁੰਦੇ ਹੋ ਨਾ ਕਿ ਹਾਂ ਅਸੀਂ ਇਹਨੂੰ ਤੰਗ ਕਰਾਂਗੇ, ਬੋਲਾਂਗੇ, ਗਾਲ ਮੰਦਾ ਕਰਾਂਗੇ, ਤੇ ਇਹ ਆਪਣੇ ਪੇਕੇ ਵਾਪਸ ਚੱਲ ਜੂਗੀ। ਇਹ ਭੁਲੇਖੇ ਆਪਣੇ ਪੁੱਤ ਦੇ ਤੇ ਅੰਜੂ ਦੇ ਮਨ ਚੋਂ ਕੱਢ ਦੋ, ਤੇ ਨਾਲੇ ਆਪਣੇ ਮਨ ਚੋਂ ਸਭ ਤੋਂ ਜ਼ਿਆਦਾ ਕੱਢ ਦੋ। ਮੈਂ ਇੱਥੇ ਹੀ ਰਹਿਣਾ ਜੇ, ਭਾਵੇਂ ਇੱਥੇ ਜੂੰਡਿਆਂ ਨੂੰ ਕਿਸੇ ਦੇ ਵਲ ਦਵਾਂ ਤੇ ਭਾਵੇਂ ਲਵਾਂ। ਮੈਨੂੰ ਨਾ ਨੌਲੇਜ, ਇਹ ਮੇਰਾ ਘਰ ਹੈ ਤੇ ਮੈਂ ਇੱਥੇ ਰਹਿਣਾ ਜੇ। ਕਰਦਾ ਮੈਨੂੰ ਨੌਲੇਜ ਬੜੀ ਆ, ਮੈਨੂੰ ਜ਼ਿਆਦਾ ਨੌਲੇਜ ਦੇਣ ਦੀ ਲੋੜ ਨਹੀਂ ਤੈਨੂੰ। ਜੂੰਡਿਆਂ ਨੂੰ ਅੱਜ ਤੂੰ ਦੇਏਂਗੇ ਨਾ, ਉਹਨਾਂ ਵੀ ਤੇਰੇ ਦੇ ਦੇਣੇ। ਜਿਹੜੀ ਸੰਭਲ ਕੇ ਰਹਿ ਜਾ, ਤੁਸੀਂ ਤੇ ਖਾਣਾ ਛਾਪਦੇ ਫਿਰਦੇ ਜੇ, ਬਹੁਤ ਤੁਹਾਨੂੰ ਨੌਲੇਜ ਆ। ਨੌਲੇਜ ਹੀ ਆ ਕੇ ਇੱਕ ਜਨਾਨੀ ਦਾ ਹੁੰਦਾ, ਦੂਜੀ ਲਿਆ ਕੇ ਬਿਠਾਤੀ ਮੇਰੇ ਸਾਹਮਣੇ, ਮੇਰੀ ਸੌਂਕਣ ਹੈ। ਤੇ ਫਿਰ ਤੂੰ ਕੁਛ ਕਰ ਦੇਣਾ ਹੀ ਨਾ, ਤੇ ਨਾ ਭਾਲਦੀ ਕਿਉਂ ਨਹੀਂ ਕੀਤਾ? ਸਾਨੂੰ ਜੀ ਦੇ ਸਾਡਾ ਪਰਿਵਾਰ ਵਧਾ ਦਿੰਦੀ ਹੋ, ਮੈਨੂੰ ਕੀ ਲੋੜ ਪਈ ਸੀ ਦੂਜਾ ਲਿਆਉਂਦੀ? ਅੱਛਾ ਹਾਂ ਹੋ, ਇੱਕ ਮਿੰਟ, ਤੁਹਾਡੀ ਵੀ ਧੀ ਹੈਗੀ ਆ, ਉਹਦੇ ਘਰ ਕੁੜੀਆਂ ਹੀ ਆ ਨਾ? ਹਾਂ, ਉਹਦੀ ਸੱਸ ਕੀ ਚਾਹੁੰਦੀ ਆ ਕਿ ਉਹਦੇ ਘਰ ਮੁੰਡਾ ਹੋਵੇ? ਚਾਹੁੰਦੀ ਕਿ ਨਹੀਂ ਚਾਹੁੰਦੀ? ਚਾਹੁੰਦੀ ਆ। ਆ ਤੁਹਾਡੀ ਧੀ ਕਿਉਂ ਨਹੀਂ ਮੁੰਡਾ ਦੇ ਸਕੀ ਉਹਨੂੰ? ਫਿਰ ਸੁਣਦੇ ਜੇ ਮੇਰੇ ਕੋ, ਜਿੱਥੇ ਨੇਰੀ ਆਈ ਹੈ ਨਾ ਉੱਥੇ ਮੀਂਹ ਵੀ ਆਊਗਾ। ਅੱਛਾ, ਉੱਥੇ ਕੁੜੀਆਂ ਆਈਆਂ ਨਾ, ਇੱਕ ਮਿੰਟ, ਮੁੰਡਾ ਵੀ ਆਊਗਾ। ਉਹਨੇ ਕੁਛ ਵੀ ਨਹੀਂ ਦਿੱਤਾ, ਨਾ ਕੁੜੀ ਦਿੱਤੀ ਤੇ ਨਾ ਮੁੰਡਾ ਦਿੱਤਾ। ਇੱਕ ਮਿੰਟ ਮੰਮੀ ਜੀ, ਕਿਸੇ ਵੇਲੇ ਨੇਰੀ ਥੋੜੀ ਜੀ ਵਗ ਕੇ ਨਾ ਬੰਦ ਹੋ ਜਾਂਦੀ ਆ, ਜ਼ਰੂਰੀ ਨਹੀਂ ਆ। ਮੀਂਹ ਪੈਂਦਾ ਹੀ ਪੈਂਦਾ ਵਾ ਤੇ ਗੜੇ ਪੈਂਦੇ ਹੀ ਪੈਂਦੇ ਆ। ਇਹ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਤੁਸੀਂ ਕੌਣ ਜੀ ਉਹਦੇ ਰੰਗਾਂ ਨੂੰ ਬਦਲਣ ਵਾਲੇ? ਨਾ ਗੱਲਾਂ ਛੱਡ ਦੇ, ਜਿਹੜੀਆਂ ਪੁਰਾਣੀਆਂ ਘਾਟਾਂ ਨਾ ਪੁਰਾਣੀਆਂ ਹੀ ਆ, ਤੂੰ ਆ ਜਾ ਕੇ ਬਦਲ ਨਹੀਂ ਲੱਗੀ ਉਹਨੂੰ? ਅੱਛਾ ਮੰਮੀ, ਬੜਾ ਗੁੱਸਾ ਚੜਿਆ, ਤੁਹਾਡੀ ਧੀ ਦਾ ਨਾਂ ਲਿਆ। ਮੈਨੂੰ ਵੀ ਕਿਸੇ ਮਾਂ ਨੇ ਜਨਮ ਦਿੱਤਾ ਸੀ, ਮੈਂ ਵੀ ਕਿਸੇ ਦੀ ਕੁੱਖ ਚੋਂ ਪੈਦਾ ਹੋਈ ਸੀ ਮੰਮੀ। ਉਹਨੂੰ ਵੀ ਦੁੱਖ ਦਰਦ ਹੁੰਦਾ ਹੋਊਗਾ, ਚਾਹੇ ਉਹ ਅੱਜ ਜਿੱਥੇ ਵੀ ਬੈਠੀ ਆ। ਪਰ ਤੁਹਾਨੂੰ ਤੁਹਾਨੂੰ ਐ ਲੱਗਦਾ ਆ ਕਿ ਇਹਦੇ ਚ ਕੋਈ ਜਿੰਦ ਜਾਨ ਹੈ ਹੀ ਨਹੀਂ ਆ, ਇਹ ਤੇ ਇੱਕ ਪੁਤਲਾ ਤੁਰਿਆ ਫਿਰਦਾ ਵਾ। ਇਹਨੂੰ ਜੋ ਮਰਜ਼ੀ ਕਹੀ ਜਾਓ, ਜੋ ਮਰਜ਼ੀ ਬਣੀ ਕਰਤੂਤਾਂ ਹੀ ਆ ਤੇਰੀਆਂ। ਜਿੱਦਣ ਤੂੰ ਆਈ ਹੈ ਨਾ ਉਦਣ ਤੂੰ ਹੱਥ ਜੋੜ ਕੇ ਮਾਫੀਆਂ ਮੰਗਦੀ ਆ, ਮੈਨੂੰ ਜਗ੍ਹਾ ਦੇ ਦੋ, ਮੈਨੂੰ ਜਗ੍ਹਾ ਦੇ ਦੋ। ਮੇਰਾ ਤਾਂ ਇਰਾਦਾ ਨਾ ਤੂੰ ਇੰਨਾ ਲੜਾਈਆਂ ਪਾਣੀ ਘੱਟ ਹੈ, ਕਲੇਸ਼ ਪਾਤਾ ਹੈ, ਉਦਣ ਦੀ ਸ਼ਾਂਤੀ ਸੀ। ਚੁੱਪ ਕਰਕੇ ਨਾ ਤਿੱਤ ਬੰਨ ਲੈ ਪੇਕਿਆਂ ਦੀ, ਇੱਥੇ ਨਹੀਂ ਰਹਿਣ ਦੀ ਲੋੜ। ਮੰਮੀ ਆਹ ਖਿਆਲ ਆਪਣੇ ਮਨ ਚੋਂ ਕੱਢ ਦੋ ਨਾ ਕਿ ਮੈਂ ਪੇਕਿਆਂ ਦੇ ਘਰ ਵਾਪਸ ਜਾਊਂਗੀ। ਮੇਰੇ ਭਰਾ ਨੇ ਬੜੇ ਮੇਰੇ ਗੜੀ ਹੱਥ ਜੋੜੇ ਸੀ ਕਿ ਮੈਂ ਤੈਨੂੰ ਉਸ ਘਰ ਚ ਨਹੀਂ ਜਾਣ ਦੇਣਾ, ਮੈਂ ਤੇਰਾ ਰਿਸ਼ਤਾ ਕਰ ਦੂੰਗਾ। ਤੇ ਆਹ ਜਿਹੜੇ ਡਿਵੋਰਸ ਪੇਪਰ ਇੱਥੇ ਆਏ ਆ ਨਾ, ਇਹਨੂੰ ਸਾਈਨ ਕਰ ਦੇ ਤੇ ਉਹਦੇ ਨਾਲ ਲਿੰਕ ਮੰਗਾ ਦੇ। ਪਰ ਇਹ ਫੈਸਲਾ ਮੇਰਾ ਆ, ਮੈਂ ਨਹੀਂ ਲਿੰਕ ਮੰਗਾਉਣਾ ਇਹਦੇ ਨਾਲ, ਮੈਂ ਇੱਥੇ ਹੀ ਰਹਿਣਾ ਜੇ ਫਸ ਕੇ ਇਹਨਾਂ ਦੋਵਾਂ ਦੇ ਵਿੱਚ। ਤੇ ਦੂਜੀ ਗੱਲ ਮੇਰੀ ਸੁਣ ਲਓ, ਇਹ ਮੇਰਾ ਘਰ ਆ, ਤੁਸੀਂ ਮੈਨੂੰ ਇੱਥੋਂ ਨਹੀਂ ਕੱਢ ਸਕਦੇ। ਜੋ ਮੇਰਾ ਜੀ ਕਰੂਗਾ ਮੈਂ ਇੱਥੇ ਕਰੂੰਗੀ। ਜਿੰਨਾ ਚਿਰ ਇਹਦਾ ਵਿਆਹ ਨਹੀਂ ਹੁੰਦਾ ਇਹਨੂੰ ਉਹ ਹੱਕ ਨਹੀਂ ਜੇ ਮਿਲ ਸਕਦੇ। ਤੇ ਜੇ ਬਹੁਤੀ ਤਾਂ ਚੜ੍ਹਨ ਦੀ ਕੋਸ਼ਿਸ਼ ਕੀਤੀ ਨਾ ਤੇ ਜਾ ਕੇ ਕੋਰਟ ਚ ਕੇਸ ਕਰ ਦੂੰਗੀ ਕਿ ਮੇਰੇ ਹੁੰਦਿਆਂ ਇੱਥੇ ਇਹਨੇ ਜਨਾਨੀ ਬਿਠਾਈ ਆ, ਲੈ ਜਾਓ ਇਹਨੂੰ ਠਾਣੇ ਫੜ ਕੇ ਪਹਿਲੇ। ਤੇ ਉਹ ਨਾ ਆਵੇ ਕਿ ਪੁੱਤ ਤੁਹਾਡਾ ਵਿਆਹ ਦੇ ਲੱਡੂ ਖਾਂਦਾ ਖਾਂਦਾ ਕਿਤੇ ਜੇਲ ਦੀ ਮਾਵਾਂ ਦੀ ਦਾਲ ਨਾ ਖਾਂਦਾ ਹੋਵੇ ਥਾਲੀ ਚ ਪਾ ਕੇ। ਤੂੰ ਨਾ ਬਹੁਤ ਗੱਲਾਂ ਨਾ ਕਰ, ਆਪਣੀਆਂ ਗੱਲਾਂ ਨੂੰ ਨਾ ਆਪਣੇ ਅੰਦਰ ਹੀ ਰੱਖ, ਬਾਹਰ ਕੱਢੇਂਗੀ ਤੇ ਨਿਰਾ ਕਲੇਸ਼ ਹੀ। ਜਿੱਥੇ ਜਿਹੜੀ ਆਈ ਨਾ ਰਹਿਣਾ ਨਾ ਬੰਦਿਆਂ ਵਾਂਗੂ ਰਹਿ, ਨਹੀਂ ਰਹਿਣਾ ਤੇਰੀ ਮਰਜ਼ੀ। ਤੁਸੀਂ ਮੈਨੂੰ ਮਜਬੂਰ ਕੀਤਾ ਇਹਨਾਂ ਗੱਲਾਂ ਨੀ ਮੰਮੀ, ਤੁਸੀਂ ਮੇਰੀ ਗੱਲ ਸੁਣ ਲਓ ਧਿਆਨ ਨਾਲ। ਬੜੇ ਸਾਲ ਮੈਂ ਇੱਥੇ ਚੁੱਪ ਕਰਕੇ ਕੱਟ ਲਏ, ਆ ਬੱਚੇ ਦੀ ਗੱਲ ਹੋਣੀ ਆ, ਕਦੀ ਵੀ ਤੁਸੀਂ ਅੱਜ ਤੋਂ ਪਹਿਲੇ ਮੇਰੀ ਕਦੀ ਵੀ ਸਪੋਰਟ ਨਹੀਂ ਕੀਤੀ। ਤੁਸੀਂ ਇੰਨਾ ਨੀ ਘਰ ਚ ਜੇਰਾ ਕੀਤਾ ਕਿ ਚੱਲ ਮੇਰੀ ਨੂੰਹ ਆ ਧੀਆਂ ਵਰਗੀ, ਮੈਂ ਜੇਰਾ ਕਰ ਲਾਂ, ਬੱਚਾ ਹੋ ਜੂਗਾ, ਐਡੀ ਕਿਹੜੀ ਗੱਲ ਆ ਹੈ। ਮੇਰੇ ਮੋਢੇ ਤੇ ਲਿਆ ਕੇ ਜਿਨਸ ਬਿਠਾਤੀ, ਮੈਂ ਕਿੰਨਾ ਕੁ ਚੁੱਪ ਕਰਾਂ? ਸਾਰਾ ਤੁਹਾਡਾ ਮੈਂ ਘਰ ਸਾਂਭਿਆ ਸੀ, ਸਾਰੇ ਰਿਸ਼ਤੇਦਾਰਾਂ ਨੂੰ ਮੈਂ ਫੁੱਲਾਂ ਵਾਂਗ ਰੱਖਿਆ ਸੀ, ਤੁਹਾਨੂੰ ਸਾਰਿਆਂ ਨੂੰ ਹੱਥੀ ਛਾਵਾਂ ਕਰਦੀ। ਤੁਸੀਂ ਮੇਰੇ ਬਣੇ ਹੀ ਨੀ ਸਾਰੀ ਉਮਰ, ਤੁਹਾਡੇ ਨਾਲ ਜੋ ਮਰਜ਼ੀ ਕਰ ਲਓ,
ਕਹਿੰਦੇ ਨਾ ਕਈ ਟੱਬਰ ਹੀ ਇਹੋ ਜਿਹੇ ਹੁੰਦੇ ਨੇ ਕਿ ਉਹ ਹੁੰਦੇ ਹੀ ਖੁਰ ਧੋਤੇ ਆ, ਉਹ ਕਿਸੇ ਦੇ ਬਣ ਹੀ ਨਹੀਂ ਸਕਦੇ, ਉਹਨਾਂ ਨਾਲ ਜੋ ਮਰਜ਼ੀ ਕਰੀ ਜਾਓ, ਤੁਸੀਂ ਉਹਨਾਂ 'ਚ ਜੇ ਉਹਨਾਂ 'ਚ ਤੇ ਮੇਰਾ ਇਹ ਫੈਸਲਾ ਆ ਕਿ ਮੈਂ ਇਸ ਘਰ 'ਚ ਰਹਿਣਾ ਆ, ਮੈਂ ਪਿੱਛੇ ਨਹੀਂ ਜੇ ਜਾਣਾ ਹੁਣ, ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲਓ ਤੇ ਜੋ ਉਹਦੇ ਕੋਲ ਹੁੰਦਾ ਵਾ ਉਹ ਕਰ। ਸੁਣ ਗੱਲ, ਤੂੰ ਤਾਂ ਬੜੀ ਜ਼ਬਾਨ ਚਲਾਉਂਦੀ ਆ, ਜਦੋਂ ਗਈ ਆ ਕੀ ਕਹਿ ਕੇ ਗਈ ਆ, ਅੱਥੂ ਮੈਂ ਨਹੀਂ ਇੱਥੇ, ਤੂੰ ਤਾਂ ਥੁੱਕ ਕੇ ਚੱਟਣ ਆ ਗਈ ਫਿਰ। ਇੱਕ ਮਿੰਟ, ਥੁੱਕ ਕੇ ਮੈਂ ਚੱਟਿਆ? ਹਾਂ, ਤੂੰ ਜਾਣ ਲੱਗੀ ਥੁੱਕ ਕੇ ਗਈ। ਇੱਕ ਮਿੰਟ, ਮਾਤਾ ਥੁੱਕ ਕੇ ਤੇਰੇ ਮੁੰਡੇ ਨੇ ਚੱਟਿਆ? ਜਿੱਦਣ ਉਹਨੇ ਮੇਰੇ ਨਾਲ ਲਾਵਾਂ ਲਈਆਂ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਤੇਰੇ ਤੋਂ ਬਿਨਾਂ ਮੈਂ ਕਿਸੇ ਹਾਲੇ ਵੇਖੂੰਗਾ ਵੀ ਨਹੀਂ, ਤੇ ਅੱਜ ਜਨਾਨੀ ਮੇਰੇ ਸਾਹਮਣੇ ਲਿਆ ਕੇ ਬਿਠਾਤੀ ਥੁੱਕ ਕੇ ਤੂੰ ਚੱਟਿਆ, ਜਿਹਨੇ ਇਹਨੂੰ ਪੰਪ ਦਿੱਤਾ ਕਿ ਰਾਣੇ ਵਿਆਹ ਕਰਾ, ਤੇਰੇ ਘਰ ਬੱਚਾ ਨੀ ਨਾ ਹੁੰਦਿਆ, ਇਹਨੂੰ ਸੁੱਟ ਆਪਣੀ ਲਾਈਫ ਚੋਂ ਆਪਣੇ ਘਰੋਂ ਤੇ ਦੂਜਾ ਵਿਆਹ ਕਰਾ, ਥੁੱਕ ਕੇ ਤੂੰ ਚੱਟਿਆ, ਮੈਂ ਨਹੀਂ ਚੱਟਿਆ। ਬੱਚਾ ਹੋ ਜਾਂਦਾ ਤਾਂ ਸਾਨੂੰ ਕੀ ਲੋੜ ਸੀ ਚੱਟਣ ਦੀ, ਬੱਚਾ ਨਹੀਂ ਹੋਇਆ ਤਾਂ ਨਾ ਕੀਤਾ ਰਾਣੇ ਨੇ ਇਸ ਤਰ੍ਹਾਂ, ਨਹੀਂ ਤਾਂ ਰਾਣੇ ਨੂੰ ਕੀ ਲੋੜ ਸੀ, ਤੂੰ ਜੇ ਬੱਚਾ ਦੇ ਦਿੰਦੀ ਉਦੋਂ ਤੱਕ ਸਿਆਪਾ ਹੀ ਨਹੀਂ ਸੀ ਹੋਣਾ। ਕੋਈ ਗੱਲ ਨਹੀਂ ਮੰਮੀ, ਉਹ ਰੱਬ ਨਾਲੇ ਤੂੰ ਚੋਰ ਨਾਲ ਤੂੰ ਚੱਤਰ ਲੜਦੀ ਕਿਸ ਤਰ੍ਹਾਂ ਪਈ ਆ ਸਰੀਕੇ ਵਾਂਗੂ ਮੇਰੇ ਨਾਲ। ਮੈਂ ਤਾਂ ਤੁਹਾਨੂੰ ਕਿਹਾ ਉਹ ਮੰਜੀਆਂ ਭੌਣ ਨੇੜੇ ਹੀ ਆ ਬਸ, ਕੋਈ ਗੱਲ ਨਹੀਂ ਤੁਸੀਂ ਵੇਖੀ ਜਾਇਓ ਬੰਦਾ ਕੀ ਹੈ ਤੁਹਾਡਾ। ਕੋਈ ਗੱਲ ਨਹੀਂ ਵੇਖ ਲਾਂਗੇ, ਉਹ ਗਿਆ ਦੀ ਤਿਆਰੀ ਕਰ ਲੈਣੀ ਆ, ਤੇ ਮੇਰੇ ਤੇ ਰੋਬ ਪਾਉਣ ਦੀ ਲੋੜ ਨਹੀਂ ਆ, ਮੈਨੂੰ ਜੀ ਕਹੋਗੇ ਤੇ ਮੈਂ ਅੱਗੋਂ ਹੁਣ ਜੀ ਕਹੂੰਗੀ, ਨਹੀਂ ਤੇ ਮੈਂ ਵੀ ਤੂੰ ਕਰਕੇ ਬੋਲੂੰਗੀ। ਤੂੰ ਕੀ ਬੋਲੇਂਗੀ ਉਹ ਵੇਖਾਂਗੀ ਬਾਅਦ, ਤੂੰ ਚੱਲਦੀ ਲਾਗੇ ਤੂੰ ਕਿੱਡੀ ਜ਼ਬਾਨ ਚੱਲ ਗਈ ਹੈ, ਜ਼ਬਾਨ ਚਲਾਉਣ ਆਈ ਸੀ ਇੱਥੇ ਚੱਲ ਗਈ ਸੀ ਪੇਕੇ ਫਿਰ ਆ ਗਈ ਹੈ, ਆਈ ਹੈ ਤਾਂ ਤਰੀਕੇ ਨਾਲ ਰਹੋ, ਆ ਕੇ ਕੁੱਤੇ ਵਾਂਗੂ ਮੇਰੇ ਨਾਲ ਭੌਂਕਣ ਡੈ ਪੈਂਦੀ ਆ, ਇਹਨੂੰ ਮਹੀਆਂ ਲੱਭੀਆਂ ਗੱਲਾਂ ਕਰਨ ਵਾਸਤੇ, ਜੀਤ ਕਰਦਾ ਮਾਰ ਕੇ ਸਿਰ ਪਾੜਦਾ ਇਹਦਾ ਮੈਂ, ਕਿੱਡਾ ਇਹਨਾਂ ਪਰੇਸ਼ਾਨ ਕੀਤਾ ਮੈਨੂੰ ਫੜ ਕੇ, ਅੱਤ ਚੁੱਕੀ ਪਈ ਇਹਨਾਂ ਨੇ, ਓਏ ਹਾਏ ਰੱਬਾ ਕਿੱਥੇ ਮੈਂ ਫਸ ਗਈ ਇਹਨਾਂ ਦੇ ਵਿੱਚ। ਜਬਾਨ ਨੂੰ ਟਾਂਕੇ ਲੱਗੇ ਆ, ਇਹ ਤੇ ਮਾਨ ਨੀ ਹੈਗੀ, ਉਹਨਾਂ ਦੀ ਸਪੋਰਟ ਕਰਦੀ ਫੁੱਲ, ਮੈਨੂੰ ਕਹਿੰਦੀ ਇੱਥੇ ਕਰਨ ਕੀ ਆਈ ਆ ਤੂੰ। ਇਹ ਬੁੱਢੀ ਨੂੰ ਨਾ ਏਦਾਂ ਹੀ ਸਬਕ ਸਿਖਾਉਣਾ ਪੈਣਾ ਵਾ, ਇਹਦੀ ਦੁਤਰੀ ਜ਼ਿਆਦਾ ਚੱਲਦੀ ਆ, ਬਸ ਏਦਾਂ ਹੀ ਨਾ ਧੌਣ ਬਣ ਕੇ ਇਹਦੇ ਘੜੀ ਖੜੀ ਰਹੀ, ਅੱਜ ਜੇ ਇਹੋ ਕਦਮ ਪਹਿਲਾਂ ਚੁੱਕਿਆ ਹੁੰਦਾ ਨਾ ਜਦੋਂ ਤੱਕ ਗੱਲ ਹੀ ਨਹੀਂ ਹੋਈ, ਇਹਨੂੰ ਇਹ ਆ ਕਿ ਚੱਲ ਗਾਂ ਹੈਗੀ ਜਿੱਦਾਂ ਨੂੰ ਮਰਜ਼ੀ ਤੋਰੋ ਤੇ ਤੁਰ ਪੈਣਾ, ਬਸ ਸ਼ੇਰ ਨਹੀਂ ਬਣ ਕੇ ਇਹਨਾਂ ਦੀ ਗਾੜੀਆਂ ਡਟੀ ਰਹੀ। ਤੂੰ ਫਿਕਰ ਹੀ ਨਾ ਕਰ, ਆਹ ਜੀ ਜੀ ਕਰਕੇ ਬਥੇਰਾ ਵੇਖ ਲਿਆ, ਇੱਥੇ ਕੋਈ ਅਸਰ ਨਹੀਂ ਆ, ਹੁਣ ਤੂੰ ਤਾਂ ਹੀ ਕਰਨੀ ਪੈਣੀ ਆ। ਕਈ ਲੋਕ ਹੁੰਦੇ ਆ ਕਿਸੇ ਘੜੇ ਦੇ ਢੱਕਣ ਨਹੀਂ ਹੁੰਦੇ, ਜਿੰਨਾ ਮਰਜ਼ੀ ਉਹਨਾਂ ਨੂੰ ਜੀ ਜੀ ਕਰ ਲਓ, ਉਹ ਪਤਾ ਕੀ ਸਮਝਦੇ ਆ ਕਿ ਸਾਡੇ ਬਿਨਾਂ ਘਰੇ ਸਰਨਾ ਨਹੀਂ ਇਹਦਾ। ਮੈਂ ਤੇ ਉਦੋਂ ਕਿਹਾ ਸੀ ਨਾ ਕਿ ਕਹਿੰਦੇ ਨੇ ਲਾਤੋ ਦੇ ਭੂਤ ਬਾਤੋ ਸੇ ਨਹੀਂ ਮਾਨਦੇ, ਇਹ ਨਾ ਗੱਲਾਂ ਵਾਲੇ ਨੀ, ਇਹਨਾਂ ਦੇ ਲੱਤਾਂ ਵਾਲੇ ਆ, ਬਸ ਜਿੱਦਾਂ ਇਹਨਾਂ ਦਾ ਮੁੰਡਾ ਨਾ ਉਦਾਂ ਦੀ ਬੁੱਢੀ ਆ ਇਹ। ਉਹ ਵੇਖ ਹੈ ਤੀਰ ਦੇ ਉੱਤੇ ਟੱਪਣ ਡਿਆ ਹੈ ਜੁਰਤ ਕਰਕੇ, ਤੇ ਉਹ ਮਗਰ ਆਈ ਸਪੋਰਟ ਕਰਨਾ, ਇਹ ਨਾ ਚਮਚੀ ਕੰਮ ਨੂੰ ਹੱਥੇ ਨੇ ਲਾਉਣਾ ਨਹੀਂ ਹੁੰਦਾ। ਮੈਂ ਤਾਂ ਨਹੀਂ ਨਾ ਇੱਕ ਘਰ ਦੀ ਕਦੀ ਦੇਵੇ ਭੈਣਾ, ਕਦੀ ਵਿਆਹ ਕੇ ਨਾ ਲਿਆਓ, ਲੋਕਾਂ ਨੂੰ ਵੀ ਕੰਮ ਕਦੀ ਨਾ ਵਿਆਹ ਕਰਨਾ ਪੈਣਾ, ਲੁੱਟੀ ਸਾਰੀ ਦੁਨੀਆਂ ਲਾਉਣੀ ਆ, ਨਿੱਕੀਆਂ ਤੋਂ ਇੰਨੀ ਤਿੱਖੀ ਆ ਨਾ ਵੀ ਪੁੱਛ ਨਾ। ਨਹੀਂ ਮੰਮੀ ਮੈਂ ਇਹਨੂੰ ਕੀ ਗੱਲ ਕਹਿ ਦਿੱਤੀ, ਕੀ ਕਰਨ ਨਹੀਂ ਆ ਲੁੱਟੀਆਂ ਲਾਉਣੀ ਆ ਮੰਮੀ ਜੀ। ਅੱਛਾ ਉਹ ਮੇਰੀ ਭੈਣ ਆ, ਉਹ ਇਸ ਘਰ ਵਿੱਚ ਰਹਿੰਦੀ, ਮੇਰੇ ਲਾਗੇ ਆ ਕੇ ਖਲੋ ਨਹੀਂ ਸਕਦੀ ਉਹ। ਨਹੀਂ ਉਹ ਤੇਰੀ ਭੈਣ ਆ, ਹੀ ਤੇਰੇ ਦੁਸ਼ਮਣ ਸਾ ਹੈ ਭੈਣ ਆ, ਦੋਵੇਂ ਐਵੇਂ ਆ ਗਏ ਇਸ ਘਰ ਤੇ। ਮੰਮੀ ਜੀ ਮੈਂ ਤੇ ਆ ਕਹਿਣ ਦੀ ਆ ਕਿ ਇੱਕੋ ਘਰ ਦੀਆਂ ਦੋ ਭੈਣਾਂ ਵਿਆਹਣੀਆਂ ਚਾਹੀਦੀਆਂ ਵਾ, ਜੇ ਸੋਹਰੇ ਵਾਲੇ ਅੱਗੋਂ ਨਾ ਸਹੀ ਹੋਣ ਤੇ ਫਿਰ ਦੋਵੇਂ ਰਲ ਕੇ ਸੁੱਤਰ ਕਰ, ਦੋਵੇਂ ਛਿੱਤਰ ਖਾਂਦੇ ਹੁੰਦੇ ਨੇ, ਕੋਈ ਗੱਲ ਨਹੀਂ ਛਿੱਤਰ ਦੋਵੇਂ ਬਾਰ ਕੇ ਕਰਨੀ ਨਾ, ਦੋਵਾਂ ਨੂੰ ਵੱਜਣ ਦੇ, ਇਹ ਤੇ ਮੰਮੀ ਨੂੰ ਤੇ ਆਖੀ ਖਾਊਗੀ, ਇਹ ਤੇ ਮੰਮੀ ਟਾਈਮ ਹੀ ਦੱਸੂਗਾ ਕੌਣ ਇਸ ਘਰ ਦੀ ਕੌਣ ਜਾਂਦਾ। ਕੀ ਗੱਲ ਹੋ ਗਈ ਆ ਮਾਤਾ, ਮੇਰੀ ਗੱਲ ਸੁਣ, ਟਾਈਮ ਆ ਗਿਆ ਵਾ, ਇਹਨਾਂ ਨੂੰ ਸਮਝਾ ਦੇ ਚੰਗੀ ਤਰ੍ਹਾਂ ਭਰਾ, ਦੋਵੇਂ ਘਰ ਦੀਆਂ ਇੱਕ ਭੈਣਾਂ ਲਿਆ ਕੇ ਤੇ ਵਕਤ ਪਾ ਲਿਆ ਤੂੰ, ਉਹਨੂੰ ਲੁੱਤੀ ਲਾਉਂਦੀ ਉਹਨੂੰ ਲੁੱਤੀ ਲੁੱਤੀ। ਮੇਰੀ ਗੱਲ ਸੁਣੋ ਚੰਗੀ ਤਰ੍ਹਾਂ, ਤੁਹਾਨੂੰ ਮੈਂ 5-5, 7-7 ਹਜ਼ਾਰ ਦਾ ਸੂਟ ਸਵਾ ਕੇ ਦਿੱਤਾ ਵਿਆਹ ਦੇ ਪਾਉਣ ਲਈ, ਇਹ ਨਾ ਚਿੱਟਾ ਖਫੜ ਪਾ ਕੇ ਉੱਥੇ ਆ ਜਾਓ, ਮੈਂ ਪੈਲਸ ਦੇ ਬਾਹਰ ਦੋਵੇਂ ਜਣੀਆਂ ਨਾ ਭਮੀਰੀਆਂ ਵਿੱਚ ਬਿਠਾ ਦੇਣੀਆਂ ਨਾ, ਮੇਰੀ ਮਾਂ ਦੇ ਕਿੱਦਾਂ ਗੱਲ ਪੈ ਜਾਂਦੀ ਆ, ਤੁਸੀਂ ਹੱਦ ਹੋ ਗਈ ਤੁਹਾਡੇ ਵਾਲੀ, ਇੱਕ ਬਾਹਰ ਚੱਲ ਗਈ ਤਾਂ ਤੂੰ ਬਾਹਰ ਨਿਕਲਦਾ, ਇਹ ਮੇਰੇ ਗੱਲ ਹੋ ਜਾਂਦੀ ਦੋਵੇਂ ਜਣੀਆਂ, ਇੱਕ ਹੁੰਦੀ ਤਾਂ ਆਪੇ ਨਾ ਹੁੰਦੀ, ਆਂਦੀ ਦੋਵੇਂ ਜਣੀਆਂ ਜਦੋਂ ਪੈ ਗਈਆਂ ਨਾ ਤੇ ਫਿਰ ਵੇਖੀ ਮੈਂ ਦੋਵਾਂ ਦੇ ਡੁੰਡੇ ਪੁੱਟੂ। ਓਏ ਕਰਨ ਵਾਲੀਆਂ ਕੁਛ ਨਹੀਂ ਆ, ਇਹ ਬੋਲਣ ਚੁੱਕੀਆਂ ਆ, ਮੇਰੀ ਗੱਲ ਸੁਣੋ, ਉਹਨੇ ਗੱਲ ਹੀ ਤੇਰੇ ਵੱਲ ਦੀ ਕਰਨੀ ਆ, ਤੁਹਾਨੂੰ ਵੀ ਪਤਾ
ਜੀ ਕਿ ਮੰਮੀ ਗਾੜੀ ਕਿੰਨਾ ਕੁ ਬੋਲਦੇ ਨਾ ਹੀ ਕਦੀ ਪਹਿਲਾਂ ਬੋਲਦੇ ਸੀ ਤੇ ਨਾ ਹੀ ਹੁਣ ਬੋਲਦੇ ਆ ਨਹੀਂ ਹੀ ਬੋਲਦੀ ਪਹਿਲਾਂ ਇਹ ਤੇਰਾ ਹੀ ਸਾਰਾ ਪੰਗਾ ਵਾ ਜਿਹੜਾ ਤੂੰ ਬੋਲਣਾ ਸਿਖਾਉਂਦੀ ਆ ਮੈਂ ਕਹਿਣੀ ਆ ਕੋਈ ਨਹੀਂ ਕਿਸੇ ਨੂੰ ਬੋਲਦਾ ਨਹੀਂ ਸਿਖਾਉਂਦਾ ਆ ਤੁਹਾਨੂੰ ਸਿਖਾਉਂਦੀ ਆ ਜੇ ਤੂੰ ਮੈਂ ਤੇਰੀ ਨਾ ਮੈਂ ਤੇਰੀ ਗੱਲ ਸੁਣ ਛੇਰਨੀ ਭਾਟਾ ਛੇਰਨੀ ਇੱਧਰ ਵੀ ਛੇਰ ਇਹਨੂੰ ਭਾਵੇਂ ਛੇਰਨੀ ਬਣਾਵੇਂ ਭਾਵੇਂ ਹੱਥ ਨਹੀਂ ਬਣਾਦੇ ਰਹਿਣਾ ਤੇ ਜਾਨਵਰ ਹੀ ਆ ਨਾ ਛੇਪੇ ਸੋਹਰਿਆਂ ਦੇ ਘਰ ਆ ਕੇ ਛੇਰਨੀਆਂ ਬਣਾ ਜੇ ਪੇਕਿਆਂ ਦੇ ਘਰ ਕਿਉਂ ਨਹੀਂ ਬਣੀਆਂ ਹਾਂ मेरा तो खा गई शेर कली कुछ नहीं किया मेरी दुआड़ी हैनी हो जाती ਮੈਂ ਤਾਂ ਸਾਰਾ ਦਿਨ ਕੰਮ ਲੱਗੀ ਰਹੀ ਮੈਂ ਸੁਣਦਾ ਆਇਆ ਵਾਂ ਤੁਹਾਡਾ ਕੀ ਰੌਲਾ ਪੈਂਦਾ ਹੋ ਜਣਾ ਮੇਰੀ ਆਵਾਜ਼ ਆਉਂਦੀ ਹੈ ਵਿੱਚ ਮੈਂ ਬੋਲੀ ਕੁਛ ਨਹੀਂ ਹੈ ਅੱਛਾ ਮੈਂ ਪਾਗਲ ਹਾਂ ਮੈਂ ਕੱਲੀ ਬੋਲੀ ਜਾਊਂਗੀ ਕਿਆ ਹੈ ਪਾਗਲ ਜੇ ਚਿੜੀਆ ਘਰ ਬਣਾ ਪਿਆ ਇਹਦੇ ਜਿਉਂ ਦੀ ਇੱਜ਼ਤ ਤਾਂ ਫਿਰ ਅੱਗੇ ਕਰਦੀਆਂ ਨਹੀਂ ਲੈ ਚਿੜੀਆ ਘਰ ਤੋਂ ਨਿਕਲੋ ਨਿਕਲੋ ਚਿੜੀਆ ਘਰ ਤੋਂ ਗੱਡੀਆ ਘਰ ਚਾਈਆਂ ਕੀ ਕਰਨਗੇ ਗਈਆਂ ਗਈਆਂ ਫੇਰ ਉਸੇ ਚਿੜੀਆ ਘਰ ਚ ਆ ਗਈਆਂ ਜੇ ਤੁਹਾਨੂੰ ਕਿਤੇ ਚੋਗਾ ਨਹੀਂ ਮਿਲਿਆ ਮੰਮੀ ਚੁੱਪ ਕਰੋ ਤੁਸੀਂ ਤਾਂ ਬੀਪੀ ਲੋ ਹੋ ਜਾਣਾ ਜੇ ਬੀਪੀ ਲੋ ਅੱਜ ਇਹਨਾਂ ਨੂੰ ਮੈਂ ਲੋ ਕਰਕੇ ਛੱਡਣਾ ਪਾਣੀ ਲੈ ਕੇ ਚੁੱਪ ਕਰੋ ਉਹਨਾਂ ਦਾ ਤਾਂ ਕੰਮ ਹੈ ਉਹ ਤੇ ਚਾਹੁੰਦੀਆਂ ਨੇ ਸ਼ਗਨਾਂ ਦੇ ਘਰ ਵਿੱਚ ਸੋਗ ਪੈ ਜੇ ਉਹ ਤਾਂ ਲੱਗੀਆਂ ਇਹ ਨਿਤ ਦਿਨ ਲੜਾਈਆਂ ਪਾਉਂਦੀਆਂ ਆ ਲੈ ਮਾਤਾ ਪਾਣੀ ਪੈ ਉਹ ਵੀ ਗਨ ਪਾਉਂਦੀਆਂ ਹੋਰ ਕੁਝ ਨਹੀਂ ਕਰਦੀਆਂ ਪਾਣੀ ਕੀ ਪਿਉਣਾ ਮੇਰੇ ਤੇ ਖੂਨ ਸੁੱਕਦਾ ਪਿਆ ਹੀ ਹੁਣ ਚੁੱਪ ਕਰੋ ਪਾਣੀ ਪਿਉਂਦੇ ਨੇ ਸ਼ਰਮ ਕਰ ਲੋ ਸ਼ਰਮ ਮਾਵਾਂ ਵਰਗੀ ਵੱਡੀ ਹੈ ਤੁਹਾਡੀ ਕਿਵੇਂ ਉਹਦਾ ਖੂਨ ਪੀਣ ਤੇ ਲੱਗੀਆਂ ਹੀ ਆ ਜੇ